मजदूर बाणी टीवी देख रहे सारे दर्शकों का मैं बलकार रामगढ़िया स्वागत करता हाँ। साथियों हुण असीं खड़े हाँ टाणी सतनाम दे विच जिथे कि तुहानूं पता कुत्ता वड वाला पुल जिहड़ा घग्गर नदी का बन रहा सीगा ते पुल वधिया उच्चा बनाया जा रहा सी ते पर पाणी आ के कम रुक गया। हुण मैं मेरे कैमरामैन साथी नूं कहूंगा वी इक वारी पिछे पाणी जरूर दिखा देण कि कितना पाणी है। घग्गर नदी का जिहड़ा बहाव है ये अगे नालों इन्हां दे पिंड वासियां दे कहिण दे मुताबक घटिया होया, ज़्यादा पाणी 5-6 इंच नीवा आया पहलां तों ते धीरे धीरे घटन की उम्मीद है भी होर घट सकदा पाणी। ते साडे नाल सरपंच साहब मौजूद ने, आओ उन्हां नाल गलबात करदे उन्हां दा की कहना है। हाँ जी सरपंच साहब सति श्री अकाल। सति श्री अकाल जी। हाँ जी तुहाडे पिंड दे की हालात ने, किस तरह का माहौल है इत्थे? हाँ जी बिल्कुल ठीक है जी, पूरा प्रबंध हो रहा जी। इस जो बाढ़ आई हुई है जी इस नूं निपटने वास्ते, इसका समस्या हल करने वास्ते जी जी दिन रात असी अपने डट के लगे हुए जी। प्रशासन वालों सहयोग मिल रहा है किस तरह का? हाँ जी मिल रहा है जी, पूरा सहयोग मिल रहा है जी प्रशासन वालों, जेसीबी वगैरह गट्टे वगैरह। हाँ जी हाँ जी, जदों भी रिक्वायरमेंट मंगते हैं उसी वक्त आ जाते, हाजिर हो जाते। किसी किस्म की कोई दिक्कत परेशानी तो नहीं है? नहीं फिलहाल नहीं कोई परेशानी, सारे इलाके वाले सारे इकट्ठे मिल के लगे जी, बहुत अच्छा काम चल रहा है जी, सारा सहयोग है सब ਦਾ। ਲਗਾਤਾਰ ਪੈਰਾ ਦੇ ਰਹੇ ਹੋ ਤੁਸੀਂ? ਹਾਂ 24 ਘੰਟੇ ਲਗਾਤਾਰ ਦੇ ਰਹੇ ਪੈਰਾ। ਸਾਡੇ ਨਾਲ ਮੌਕੇ ਤੇ ਪੰਚਾਇਤ ਮੈਂਬਰ ਵੀ ਮੌਜੂਦ ਨੇ, ਆਓ ਉਹਨਾਂ ਨੂੰ ਪੁੱਛਦੇ ਉਹਨਾਂ ਦਾ ਕੀ ਕਹਿਣਾ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀ ਇਹ ਸਹਾਜਨ ਦਾ ਕੋਈ ਨਹੀਂ ਹੈ, ਮੀਟਿੰਗਾਂ ਟਰਾਲੀਆਂ ਸਰਕਾਰ ਸਾਨੂੰ ਬਹੁਤ ਮਦਦ ਕਰ ਰਹੀ ਹੈ। ਠੀਕ ਹੈ, ਹਰ ਸਰਕਾਰੀ ਮੁਲਾਜ਼ਮ ਦਾ ਪੈਰਾ, ਸਾਹਿਬ ਵੀ ਆਉਂਦੇ ਆ, SDO ਵੀ ਆਉਂਦੇ ਆ, ਐਕਸ਼ਨ ਵੀ ਆਉਂਦੇ ਆ, ਕਿਸੇ ਕਿਸਮ ਦੀ ਸਾਨੂੰ ਕੋਈ ਦਿੱਕਤ ਹੈ। ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਸਾਡੇ ਨਾਲ ਪੁਰਾਣੇ ਸਰਪੰਚ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਭਾਈ ਸਤਿ ਸ੍ਰੀ ਅਕਾਲ। ਕੁਦਰਤੀ ਆਫਤ ਬਹੁਤ ਤਕੜੀ ਆਈ, ਇਹਦੇ ਕਾਰਨ ਕਾਫੀ ਪਰੇਸ਼ਾਨੀ ਕਰਨੀ ਪਈ ਪਿੰਡ ਵਾਸੀਆਂ ਨੂੰ, ਗ੍ਰਾਮ ਵਾਸੀਆਂ, ਇਲਾਕਾ ਨਿਵਾਸੀਆਂ ਸਾਰਿਆਂ ਨੂੰ ਜੀ ਜੀ। ਪਰ ਇਹ ਵੀ ਉਹ ਤੇ ਸਰਕਾਰ ਦਾ ਸਹਿਯੋਗ ਹੋਣ ਕਰਕੇ, ਪ੍ਰਸ਼ਾਸਨ ਦਾ ਸਹਿਯੋਗ ਪੂਰਾ ਹੋਇਆ, ਸਾਨੂੰ ਪਾਣੀ ਤੇ ਅਸੀਂ ਕੰਟਰੋਲ ਕਰ ਲਿਆ। ਹੁਣ ਸਾਨੂੰ ਕੋਈ ਜ਼ਿਆਦਾ ਉਹ ਪਾਣੀ ਵਾਲੀ ਏਡੀ ਵੱਡੀ ਸਮੱਸਿਆ ਨਹੀਂ ਪਈ, ਪਰਮਾਤਮਾ ਖੈਰ ਸੁੱਖ ਰੱਖੇ ਉੱਪਰੋਂ। ਬਾਕੀ ਆਮ ਸੰਸਥਾਵਾਂ ਦਾ ਬੜਾ ਸਹਿਯੋਗ ਰਿਹਾ, ਪੰਚਾਇਤਾਂ ਦਾ, ਪਿੰਡਾਂ ਵਿੱਚੋਂ ਜਿਵੇਂ ਡਾਕਟਰੀ ਸਹਾਇਤਾ ਹੈ ਜਾਂ ਕਿਸੇ ਤਰ੍ਹਾਂ ਲਾਈਟ ਦੀ ਆ, ਬਿਜਲੀ ਦੀ ਆ, ਪਾਣੀ ਦੀ ਆ, ਲੰਗਰ ਪਾਣੀ, ਹਰੇਕ ਚੀਜ਼ ਦਾ ਪੂਰਾ ਸਹਿਯੋਗ ਆ, ਕਿਸੇ ਗੱਲ ਦੀ ਕੋਈ ਕਮੀ ਨਹੀਂ ਆਈ। ਕਮੀਆਂ ਕਈ ਤਰ੍ਹਾਂ ਹੋ ਜਾਂਦੀਆਂ ਵਾ, ਚਲੋ ਕਈ ਗੱਲਾਂ ਚੱਲਦੀਆਂ ਰਹਿੰਦੀਆਂ, ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤੇ ਸਾਡੇ ਪੇਜ ਨੂੰ ਫੋਲੋ ਕਰਿਓ, ਅਗਰ ਤੁਸੀਂ ਸਾਨੂੰ ਯੂਟਿਊਬ ਤੇ ਦੇਖ ਰਹੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ।